ਬਿਸਮਿਲ੍ਲਾਹਿਰਰਹਮਾਨਿਰਰਹੀਮ ਅਸਲਾਮ ਅਲੈਕੁਮ ਰੌਕ ਫਾਰਮਿੰਗ ਯੂਟਿਊਬ ਫੇਸਬੁੱਕ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਸੱਜਣਾਂ ਨੂੰ ਇੱਕ ਵਾਰੀ ਫਿਰ ਖੁਸ਼ ਆਮਦੀਦ ਕਹਿੰਦੇ ਹਾਂ। ਚੌਕ ਆਜ਼ਮ ਸਿਟੀ ਦੀ ਕੈਟਲ ਮਾਰਕੀਟ ਬਰੋਜ਼ ਮੰਗਲੇ ਮੰਡੀ ਲੱਗਦੀ ਹੈ ਜੀ। ਮਾਸ਼ਾਅੱਲਾ ਈਦ ਦੇ ਕੁਰਬਾਨ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਆਪਣਾ ਹੋਸਟ ਮੇਹਫਾਦ ਹਾਜ਼ਰ ਹੋਇਆ ਮੰਡੀ ਦੀ ਅਪਡੇਟ ਲੈ ਕੇ। ਮਾਸ਼ਾਅੱਲਾ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਨਵੀਂ ਨਵੀਂ ਅਪਡੇਟ ਕੀ ਸੂਰਤ ਹਾਲ ਹੈ ਕੁਰਬਾਨੀ ਤੋਂ ਬਾਅਦ ਛੋਟੇ ਬੱਚਿਆਂ ਦੀ, ਤਾਂ ਕਿ ਅਗਲੇ ਸਾਲ 2025 ਦੀ ਕੁਰਬਾਨੀ ਵਾਸਤੇ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਖਰੀਦਦਾਰੀ ਨਹੀਂ ਕੀਤੀ ਉਹ ਚੌਕ ਆਦਮ ਦੀ ਮੰਡੀ ਦਾ ਵਿਜ਼ਿਟ ਕਰ ਸਕਦੇ ਆ। ਜਾਨਵਰ ਪੂਰੇ ਜ਼ਿਲ੍ਹੇ ਲਈਏ ਦਾ ਇੱਥੇ ਇਕੱਠਾ ਹੁੰਦਾ ਹੈ। ਦਿਹਾਤੀ ਇਲਾਕਿਆਂ ਦੇ ਮਾਹੌਲ ਦੇ ਮੁਤਾਬਕ ਸਸਤੇ ਜਾਨਵਰ ਹੁੰਦੇ ਨੇ ਮਾਸ਼ਾਅੱਲਾ। ਛੋਟੇ ਬੱਚਿਆਂ ਦੇ ਰੇਟ ਖੀਰਿਆਂ ਦੇ ਮਾਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਨਵੇਂ ਆਉਣ ਵਾਲੇ ਸੱਜਣ ਮਿੱਤਰ ਚੈਨਲ ਨੂੰ ਲਾਈਕ ਫਾਲੋ ਅਤੇ ਸਬਸਕ੍ਰਾਈਬ ਲਾਜ਼ਮੀ ਕਰੋਗੇ। ਫੇਸਬੁੱਕ ਪੇਜ ਨੂੰ ਫਾਲੋ ਕਰੋ ਤਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਜੀ। ਬਹੁਤ ਸ਼ੁਕਰੀਆ। ਇਹ ਚੈੱਕ ਕਰੋ ਜੀ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਕਿਆ ਬਾਤ ਹੈ ਕਿਆ ਬਾਤ। ਕੋਈ ਚੰਦ ਮਬਤੀ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਾਸ਼ਾਅੱਲਾ ਜੀ। ਖੈਰ ਹੋਵੇ ਢੋਲੇ ਜੀ, ਆ ਗਿਆ ਛਾ ਗਿਆ ਢੋਲਾ ਮਾਸ਼ਾਅੱਲਾ ਜੀ। ਚੱਲ ਪਏ ਸੱਜਣ ਅੱਜ ਲਾ ਦੇ ਰੇਟ ਮੁੱਲ ਸਹੀ, ਸੋਹਣੇ ਸੋਹਣੇ ਮਾਸ਼ਾਅੱਲਾ ਜੀ ਵੱਛਿਆਂ ਕੱਟਿਆਂ ਦੇ। ਖੈਰ ਹੋਵੇ। ਹਾਂ ਬਈ, ਲੈ ਲਿਆ ਮੁੱਲ ਜਾਂ ਵੇਚਣਾ? ਕਿੰਨੇ ਪੈਸਿਆਂ ਦਾ? ਉਹ 2,60,000 ਲੈ ਬਈ, ਹਾਲੇ ਕੁਰਬਾਨੀ ਨੂੰ ਤਾਂ ਪੂਰਾ ਸਾਲ ਪਿਆ, ਇਹ ਹੁਣ ਹੀ 2-2 ਲੱਖ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਬਈ ਸੱਜਣੋ। ਇਹ ਕੀ ਬਣੇਗਾ ਪਾਕਿਸਤਾਨ ਦੇ ਵਿੱਚ? ਮਹਿੰਗਾਈ ਹੈ, ਜਿਹਨੇ ਹੁਣੀ ਲੈ ਕੇ ਪਾਲਣੇ ਆ ਉਹ ਤਾਂ ਫਿਰ ਮੁੱਲ ਹੀ ਲੈ ਲਵੇ ਵਾਰਿਸ 'ਚ, 2-2 ਲੱਖ ਦਾ ਤਾਂ ਈ 'ਤੇ ਮਿਲ ਜਾਂਦਾ ਮੁੱਲ। ਕਿਉਂ ਸੱਜਣੋ, ਕਮੈਂਟ ਦੇ ਵਿੱਚ ਦੱਸੋ ਗੱਲਾਂ ਸੋਹਣੀਆਂ ਖਰੀਆਂ। ਕਿੰਨੇ ਪੈਸਿਆਂ ਦਾ ਵੱਛਾ? ਇਵੇਂ ਮੁੱਲ ਦੱਸ ਹਲਕਾ ਜਿਹਾ, ਗਾਹਕ ਨੂੰ ਵੀ ਦੱਸੇਗਾ, ਮੈਨੂੰ ਪਤਾ ਹੈ ਗਾਹਕ ਨੂੰ ਤੂੰ ਦੱਸੇਗਾ ਮੂੰਹ ਭਰ ਕੇ ਮੁੱਲ। ਚਲੋ, ਕਿੰਨੇ ਦਾ ਵਲੈਤੀ ਵੱਛਾ ਵੀ ਸੱਜਣ? ਕਿੰਨਾ? 1,95,000 ਦਾ ਬਈ ਵਲੈਤੀ ਵੱਛਾ। ਮਾਸ਼ਾਅੱਲਾ, ਸੋਹਣਾ ਸੋਹਣਾ ਵੱਛਾ, ਸੋਹਣਾ ਨਾਮ, ਕਿਆ ਬਾ। ਆ ਬਈ ਚੀਨਾ ਵੱਛਾ ਜੀ। ਚਾਚਾ ਕਿਤਨਾ ਮੁੱਲ ਮੰਗਿਆ ਵੱਛੇ ਦਾ ਬਈ? 1,90,000 ਰੁਪਇਆ ਹਾਲੇ। ਇਹ ਖੀਰਾ? ਖੀਰਾ ਖੀਰਾ ਮਾਸ਼ਾਅੱਲਾ ਜੀ, ਕਿਆ ਬਾਤ ਹੈ ਜੀ, ਕਿਆ ਬਾਤ। ਇਹ ਜੀ ਚੌਕ ਆਦਮ ਦੀ ਮੰਡੀ ਦੀ ਅਪਡੇਟ ਸਟਾਰਟ ਹੋ ਚੁੱਕੀ ਹੈ ਜੀ। 2025 ਦੀ ਕੁਰਬਾਨੀ ਵਾਸਤੇ, ਸ਼ਾਦੀ ਖੁਸ਼ੀ ਗਮੀ ਵਾਸਤੇ ਵੱਛੇ ਕੱਟੇ ਅਮਾਨ। ਚੌਕ ਆਜ਼ਮ ਹੈ ਜ਼ਿਲ੍ਹਾ ਲਈਆ, MM ਰੋਡ, ਮੁਜ਼ੱਫਰਗੜ੍ਹ ਮੀਆਂ ਵਾਲੀ ਮੇਨ ਰੋਡ ਹੈ ਜੀ ਸਿਟੀ। ਮਾਸ਼ਾਅੱਲਾ ਜੀ, ਕਿਆ ਬਾਤ, ਖੈਰੀਅਤ ਹੈ, ਤਬੀਅਤ ਸਿਹਤ। 1,75 ਮੰਗ ਲਿਆ ਬਈ ਚਾਚੇ ਨੇ, ਤੂੰ ਤਾਂ ਪੈਸੇ ਸਰੇ ਆਮ ਹੀ ਲਈ ਫਿਰਦਾ ਅੱਜ ਵਿੱਚ ਹੈ ਖਾਨ, ਪੈਸੇ ਹੱਥ 'ਚ ਹੀ ਫੜੀ ਫਿਰਦਾ ਵੀ ਸੌਦਾ ਕਰੀਏ ਹੈ ਖਾਨ, ਪੈਸੇ ਹੱਥ 'ਚ ਨਾ ਪੀ ਵੱਧਦਾ। ਮਾਸ਼ਾਅੱਲਾ, ਨਾਲ ਹੀ ਝੋਟੇ ਵੀ ਚਾਚੇ ਪੱਖਰ ਵਾਲੇ ਦੇ ਕੋਲ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਖੈਰ ਢੋਲੇ ਦੀ ਕਿੰਨੇ ਦਾ ਜੀ ਛੋਟਾ? ਛੋਟਾ ਕਿੰਨੇ ਦਾ ਬਈ? 2,30,000, ਉਹ ਈਦ ਵਾਲੇ ਪੈਸੇ ਮੰਗੀ ਜਾਣਾ ਹਾਲੇ, ਈਦ ਗੁਜ਼ਰ ਗਈ ਏ।
ਈਦ ਗੁਜ਼ਰ ਗਈ ਹੈ, ਪੈਸੇ ਉਹ ਈਦ ਵਾਲੇ ਮੰਗਦੇ ਪਏ ਨੇ ਬਾਈ। ਕੀ ਬਣੇਗਾ ਪਾਕਿਸਤਾਨ ਹੈ, ਗਰਮੀ ਜ਼ਿਆਦਾ ਹੈ, ਬਾਰਿਸ਼ ਚੰਗੀ ਹੋਈ ਹੈ ਸਾਡੇ ਇਲਾਕੇ ਦੇ ਵਿੱਚ। ਸਾਰੇ ਦੋਸਤ ਆਪਣੇ ਆਪਣੇ ਇਲਾਕਿਆਂ ਦਾ ਵੀ ਹਾਲ ਲਾਜ਼ਮੀ ਸ਼ੇਅਰ ਕਰਿਆ ਕਰੋ ਸਾਡੇ ਨਾਲ। ਸੋਸ਼ਲ ਮੀਡੀਆ ਦੇ ਉੱਤੇ ਹੁਣ ਕੋਈ ਗੱਲ ਲੁਕੀ ਨਹੀਂ ਰਹਿੰਦੀ, ਤੁਸੀਂ ਰੋਟੀ ਵੀ ਖਾਧੀ ਹੈ ਤਾਂ ਉਹ ਵੀ ਸੋਸ਼ਲ ਮੀਡੀਆ 'ਤੇ, ਤੁਸੀਂ ਵਾਸ਼ਰੂਮ ਵੀ ਗਏ ਤਾਂ ਉਹ ਵੀ ਸੋਸ਼ਲ ਮੀਡੀਆ 'ਤੇ, ਤੁਸੀਂ ਕਿਤੇ ਸਫ਼ਰ ਕੀਤਾ ਉਹ ਵੀ ਸੋਸ਼ਲ ਮੀਡੀਆ 'ਤੇ, ਤੁਸੀਂ ਸ਼ਾਦੀ ਕੀਤੀ ਸੋਸ਼ਲ ਮੀਡੀਆ 'ਤੇ, ਬੱਚੇ ਹੋਏ ਨੇ ਸੋਸ਼ਲ ਮੀਡੀਆ 'ਤੇ, ਜਨਾਨੀਆਂ ਉਹ ਭੈਣ 'ਚ ਸੋਸ਼ਲ ਮੀਡੀਆ 'ਤੇ ਚਿੜੀਆਂ ਵਧੀਆਂ ਨੇ, ਹੈ ਸਾਡੇ ਜਣਿਆਂ ਕੋ ਪੁੱਛਦਾ ਕਹੇ ਨੇ। ਪਾਣੀ ਠੰਡਾ ਪੀ ਕੀਤਾ, ਹੁਣ ਠੰਡੇ ਪਾਣੀ ਵਾਲਾ ਰੇਟ ਦੱਸ ਬੱਚਿਆਂ ਦਾ, ਠੰਡੇ ਪਾਣੀ ਵਾਲਾ ਰੇਟ ਦੱਸ ਬਾਈ, ਇਵੇਂ ਸਾਰਿਆਂ ਦਾ ਦੱਸਦੇ ਬਈ, ਸੱਜਣਾਂ ਨੂੰ ਦੱਸ ਰਹੇ ਜਿਹੜੇ ਵੇਖ ਰਹੇ ਨੇ ਵੀਡੀਓ। 185 ਤਾਂ 220 ਖੀਰੇ ਡਾਂਦ ਨੇ ਮਾਸ਼ਾਅੱਲਾ ਜੀ। ਇਹ 220 ਵਾਲਾ ਵੀ ਵੇਖੋ ਬਈ, ਨਾਲੇ ਕਮੈਂਟ ਦੇ ਵਿੱਚ ਇਸ ਬੰਦੇ ਨੂੰ ਸ਼ਾਬਾਸ਼ ਵੀ ਦਿਓ, ਇਸ ਬੱਚੇ ਤਾਂ 220 ਮੰਗਦੇ ਨੇ, ਇੱਦਾਂ ਦੇ 2 ਆ ਜਾਣੇ ਆ ਕਿ ਨਹੀਂ ਆਉਂਦੇ ਹੁਣ? ਹੁਣ ਨਹੀਂ ਆਉਂਦੇ ਬਈ, ਹੁਣ ਨਹੀਂ ਆਉਂਦੇ, ਉਹ ਗਾਲਾਂ ਹੀ ਨਾ ਕੱਢੇ, ਮੈਂ ਉਹਦਾ ਮੁੱਲ ਇੰਨਾ ਘੱਟ ਲਾ ਦਿੱਤਾ। ਲੈ ਸੱਜਣ ਕਾਟੂ ਮਾਲ ਬਈ, ਆਹ ਕਾਟੂ ਮਾਲ ਵੀ ਜ਼ਿਆਦਾ ਵਿਕਦਾ ਮੰਡੀ ਦੇ ਵਿੱਚ। ਇਹ ਜਿਹੜੇ ਤੁਸੀਂ ਬੀਫ ਪਲਾਓ, ਬੰਨੂ ਪਲਾਓ, ਕਸ਼ਮੀਰੀ ਪਲਾਓ, ਫਲਾਂ ਪਲਾਓ, ਬਰਿਆਨੀਆਂ ਅਤੇ ਜੇ ਤਾਂ ਬਹੁਤ ਵੱਡੇ ਵੱਡੇ ਹੋਟਲਾਂ 'ਤੇ ਖਾਂਦੇ ਹੋ, ਇਹ ਮਾਲ ਹੈ, ਇਹ ਮਾਲ ਹੈ ਜੀ, ਹੱਡੀ ਜੋੜ ਵਾਲਾ ਮਾਲ, ਇਹ ਸਭ ਪਲਾਓ ਦੇ ਵਿੱਚ ਹੀ ਜਾਂਦਾ ਜੀ। ਇਹ ਮਟਨ ਕੜਾਈ ਅਤੇ ਬੀਫ ਕੜਾਈ ਅਤੇ ਫਲਾਂ ਕੜਾਈ ਅਤੇ ਟਮਗਾਂ ਕੜਾਈ, ਇਹ ਸਾਰਾ ਮਾਲ ਹੈ ਜਾ ਰਿਹਾ ਜੀ ਮੰਡੀ ਦੇ ਵਿੱਚ। ਅੱਜ ਆਵਾਮ ਦਾ ਹਾਂ ਬੁੱਢਾ ਖੜਾ ਹੈ ਗਰਮੀ ਨਾਲ, ਇਹ ਸਾਰੇ ਬੱਚਿਆਂ ਦੀ ਖਰੀਦਦਾਰੀ ਹੋਈ। ਕੰਡੇ ਦਾ ਵਜ਼ਨ ਹੀ ਤੁਹਾਨੂੰ ਲਾਈਵ ਰੇਟ ਚੈੱਕ ਕਰਾਉਂਦੇ ਪਏ ਹਾਂ। ਇਹ ਵੱਛਾ ਪੁੱਤਰ ਗਿਆ, ਵੱਛਾ ਪੁੱਤਰ ਗਿਆ ਤੇ ਪੈਸੇ ਨਹੀਂ ਹੁਣ ਪੁੱਛਣੇ, ਇਹ ਅੱਗੇ ਪੁੱਤਰਿਆ ਖੜਾ ਹੈ, ਇਵੇਂ ਨਹੀਂ ਵਿਕਾ ਹੈ ਕੋਈ ਨਹੀਂ। ਮੁੱਲ ਕਿੰਨਾ ਮੰਗਿਆ ਸੀ ਇਹਦਾ? 2,35,000 ਮੰਗਿਆ ਸੀ, ਤਾਂ ਉਹਨੇ ਜਿਹੜਾ ਨਾ ਰੱਸਾ ਤੁੜਾਇਆ। ₹2.35 ਮੰਗਿਆ ਸੀ, ਉਹਨੇ ਰੱਸਾ ਤੁੜਾ ਲਿਆ। ਲਓ ਵੀ ਸੱਜਣੋ ਵੱਛਾ ਵਲੈਤੀ ਕਿੰਨਾ ਮੋਲੀ ਹੈ? 2.62 ਬਈ ਸਾਜੀ, ਸਾਜੀ ਕੰਡੇ 'ਤੇ ਕੋਈ ਨਹੀਂ ਵਛਾ ਲਿਆ ਜੀ, ਆਏ ਹੋਏ ਨੇ ਮਾਸ਼ਾਅੱਲਾ। ਕੀ ਰੇਟ ਅੱਜ ਜ਼ਿੰਦਾ ਦਾ ਚਲਾਇਆ ਜੀ? 400 ਰੁਪਏ ਕਿਲੋ ਬਈ, ਜ਼ਿੰਦਾ ਦਾ ਵਜ਼ਨ ਹੈ ਕੰਡੇ ਦੇ ਨਾਲ ਤੋਲ ਕੇ ਬਈ, 400 ਰੁਪਏ ਜ਼ਿੰਦਾ। ਹਾਂ ਬਈ, ਹਾਂ ਬਈ, ਚਾੜ ਦਿਓ ਕੰਡੇ 'ਤੇ। ਹਾਂ ਨਹੀਂ ਬਈ, ਨਹੀਂ ਬਈ, ਕੰਡੇ ਤੋਂ ਬਗੈਰ ਹੀ ਮੁੱਠਾ ਮਾਰੀ ਜਾਂਦੇ, ਇਹ ਕੰਡੇ ਤੋਂ ਬਗੈਰ ਹੀ ਮੁੱਠਾ ਮਾਰੀ ਜਾਂਦੇ ਬਾਈ ਸੱਜਣ। ਇਹ ਚੜ ਗਏ ਬਈ 2 ਵੱਛੇ, ਇਹ ਚੜ ਗਏ 2 ਵੱਛੇ, ਹੱਥ ਨਾ ਰੱਖੇ,
ਹੱਥ ਨਾ ਰੱਖਿਆ ਕੰਡੇ ਤੇ, ਇਹ ਛੋਰ ਦਾ ਕੋਈ ਪਤਾ ਨਹੀਂ ਮੈਂ ਰੱਖ ਲਵੇ। ਉਸਤਾਦ ਜੀ ਕੀ ਰੇਟ ਚਲਾ ਦਿੱਤਾ ਅੱਜ ਜ਼ਿੰਦਾ? 510, 400 ਵੀ ਹੈ ਦੇਸੀ, 400 ਰੁਪਏ ਜ਼ਿੰਦਾ ਦਾ ਬਦਨ ਦਾ ਰੇਟ ਹੈ। ਮਾਸ਼ਾਅੱਲਾ ਜੀ, ਇਹ ਚੌਕ ਆਦਮ ਦੀ ਮੰਡੀ ਦੀ ਅਪਡੇਟ ਹੈ ਜਨਾਬ। ਬਰੋਜ਼ ਮੰਗਲ ਇਹ ਮੰਡੀ ਲੱਗਦੀ ਹੈ ਜੀ, ਚੌਕ ਆਦਮ ਦੀ।